ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ ਗੱਲਬਾਤ ਰਹੇਗੀ। ਨਿਊਜ਼ੀਲੈਂਡ ਦੁਆਲੇ ਨਿਊਜ਼ੀਲੈਂਡ ਜਾਣ ਵਾਲੇ ਬੱਚੇ ਸਾਡੇ ਨਾਲ ਜੁੜੇ ਰਹਿਣਗੇ। ਜੇ ਤੁਹਾਡੇ ਰਿਫਿਊਜ਼ਲਸ ਕੈਨੇਡਾ ਤੋਂ ਹੈ, ਆਸਟ੍ਰੇਲੀਆ ਤੋਂ ਹੈ, ਜਾਂ ਸਪੈਸ਼ਲੀ ਇੰਟਰਵਿਊਜ਼ ਦੇ ਬੇਸ 'ਤੇ ਜਾਂ ਫੰਡਾਂ ਦੇ ਆਧਾਰ 'ਤੇ ਨਿਊਜ਼ੀਲੈਂਡ ਤੋਂ ਵੀ ਤੁਸੀਂ ਰਿਜੈਕਟ ਹੋ ਤਾਂ ਦੁਬਾਰਾ ਕੇਸ ਅਪਲਾਈ ਕਰਕੇ ਸਕਸੈਸ ਹੋ ਸਕਦੇ ਹੋ। ਗੱਲਬਾਤ ਦਾ ਸਿਲਸਿਲਾ, ਗੱਲਬਾਤ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਸਾਡੇ ਨਾਲ ਅੱਜ ਜਗਜੀਤ ਜੀ ਮੌਜੂਦ ਨੇ ਮੇਡ ਵਿੱਚ। ਬਹੁਤ ਬਹੁਤ ਸਵਾਗਤ ਤੁਹਾਡਾ। ਥੈਂਕ ਯੂ ਰਣਜੀਤ ਜੀ। ਜੀ, 12-13 ਸਾਲ ਹੋ ਗਏ ਵੀਜ਼ਾ ਸ਼ੁਰੂ ਹੋਏ ਨੂੰ, ਬਹੁਤ ਲੰਮਾ ਸਮਾਂ ਇਹਨਾਂ ਦੀ ਇੱਕ ਪੋਲਿਸੀ ਰਹੀ ਹੈ ਸਟੱਡੀ ਵਰਕ ਐਂਡ ਸੈਟਲ, ਅੱਜ ਵੀ ਉਹੀ ਹੈ? ਸੇਮ ਆ। ਇਨੀਸ਼ੀਅਲੀ ਪਹਿਲਾਂ ਜਦੋਂ ਸ਼ੁਰੂ ਹੋਇਆ ਸੀ ਬੇਸਿਕਲੀ, ਮੈਨੂੰ ਲੱਗਦਾ ਹੈ ਕਿ ਉਦੋਂ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਸੀ, ਬਟ ਜਦੋਂ ਤੋਂ ਮੈਂ ਦੇਖ ਰਿਹਾ 2008 ਤੋਂ ਜਾਂ 2000 ਉਸ ਤੋਂ ਪਹਿਲਾਂ 2005-06 ਤੋਂ, ਤਦ ਤੋਂ ਇਹ ਪੋਸਟ ਸਟੱਡੀ ਵਰਕ ਵੀਜ਼ਾ ਵੀ ਹੈ ਜੋ ਕਿ ਲੀਡ ਕਰਦੀ ਹੈ ਫਰਦਰ ਸੈਟਲਮੈਂਟ ਵਾਸਤੇ ਜਾਂ ਪਰਮਨੈਂਟ ਰੈਜ਼ੀਡੈਂਸੀ ਵਾਸਤੇ। ਜੀ, ਅੱਜ ਕੀ ਦੇਖਦੇ ਹੋ, ਅੱਜ ਕੀ ਚੁਣੌਤੀਆਂ ਸਟੂਡੈਂਟ ਨੂੰ ਜਿਹੜਾ ਨਿਊਜ਼ੀਲੈਂਡ ਜਾ ਰਿਹਾ ਜਾਂ ਤੋਂ 10 ਸਾਲ ਪਹਿਲਾਂ ਜਾਂਦਾ ਸੀ? ਸੀ, ਚੁਣੌਤੀਆਂ ਉਹੀ ਹੈ। ਪਹਿਲਾਂ ਮੇਰੇ ਖਿਆਲ 'ਚ ਫੰਡ ਦਾ ਜਿਹੜਾ ਸਿਨਾਰੀਓ ਸੀ ਉਹ ਮੇਰੇ ਖਿਆਲ 'ਚ ਇੰਨਾ ਟਫ ਨਹੀਂ ਸੀ, ਮਗਰ ਰੀਸੈਂਟਲੀ ਮੈਂ ਦੇਖਿਆ ਕਿ ਫੰਡ ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਜ਼ਿਆਦਾ ਫੋਕਸ ਕਰ ਰਹੀ ਹੈ, ਜ਼ਿਆਦਾ ਉਹਨਾਂ ਦਾ ਜਿਹੜਾ ਤਵੱਜੋ ਹੈ ਜਾਂ ਫੋਕਸ ਆ ਉਹ ਫੰਡਸ ਰਿਲੇਟਡ ਆ। ਬੇਸਿਕਲੀ ਉਹਨਾਂ ਨੂੰ ਅਕੈਡਮਿਕ, ਹਰ ਕੰਟਰੀ ਦਾ ਇੱਕ ਅਲੱਗ ਅਸੈਸਮੈਂਟ ਕ੍ਰਾਈਟੇਰੀਆ ਹੈ। ਕੈਨੇਡਾ ਜਿਵੇਂ ਅਕੈਡਮਿਕ ਸਾਈਡ 'ਤੇ ਜ਼ਿਆਦਾ ਫੋਕਸ ਕਰਦਾ ਹੈ ਜਾਂ ਆਸਟ੍ਰੇਲੀਆ ਬੇਸਿਕਲੀ ਅਕੈਡਮਿਕ ਸਾਈਡ 'ਤੇ ਫੋਕਸ ਕਰਦਾ, ਨਿਊਜ਼ੀਲੈਂਡ ਦਾ ਫੋਕਸ ਜ਼ਿਆਦਾਤਰ ਫੰਡਸ 'ਤੇ ਆ। ਅਗਰ ਅਕੈਡਮਿਕ ਸਾਈਡ 'ਤੇ 50% ਵੀ ਹੈ ਬੱਚਾ, ਫਿਰ ਵੀ ਨਿਊਜ਼ੀਲੈਂਡ ਜਾ ਸਕਦਾ ਹੈ, ਸਬਜੈਕਟ ਟੂ ਕਿ ਉਹਦਾ ਕੋਰਸ ਜਿਹੜਾ ਉਹ ਰੈਲੀਵੈਂਟ ਹੋਏ ਪ੍ਰੀਵੀਅਸ ਕੁਆਲੀਫਿਕੇਸ਼ਨ ਨਾਲ, ਔਰ ਪ੍ਰੋਪਰ ਕੰਸਲਟੈਂਟ ਦੇ ਥਰੂ ਅਗਰ ਜਾ ਰਿਹਾ, ਪ੍ਰੋਪਰ ਕਾਲਜ 'ਤੇ ਜਾ ਰਿਹਾ, ਤਾਂ ਉਹਦਾ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ ਹੋਣੀ। ਕੀ ਪ੍ਰੋਬਲਮ ਕੀ ਆਉਣੀ ਸ਼ੁਰੂ ਹੋਈ ਹੈ? ਪਹਿਲਾਂ ਤਾਂ ਫੰਡਾਂ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਹੀਂ ਸੀ, ਫੰਡ ਦਾ ਰਣਵੀਰ ਜੀ ਤੋਂ ਹੋਇਆ। ਰਣਵੀਰ ਜੀ, ਤੁਹਾਨੂੰ ਵੀ ਪਤਾ ਹੈ ਕਿ ਫੰਡ ਦਾ ਕਿੰਨਾ ਮਿਸਯੂਜ਼ ਕੀਤਾ ਗਿਆ, ਮਤਲਬ ਫਾਈਨੈਂਸਰ ਕਾਫੀ ਐਕਟਿਵ ਸੀ ਮਾਰਕੀਟ 'ਤੇ, ਫੇਕ ਲੋਨ ਲੈਟਰ ਸ਼ੋ ਹੋ ਰਹੇ ਸੀ, ਫੇਕ ਐਫਡੀਆਂ ਸ਼ੋ ਹੋ ਰਹੀਆਂ ਸੀ, ਯੂ ਨੋ ਬਹੁਤ ਸਾਰੀ ਚੀਜ਼ਾਂ ਮਾਰਕੀਟ 'ਤੇ ਹੋ ਰਹੀਆਂ ਸੀ। ਹਰ ਬੰਦਾ ਹੀ ਇਸ ਮੰਚ 'ਤੇ ਕਿ ਹਰ ਮੰਚ 'ਤੇ ਹੀ ਹਰ ਬੱਚਾ ਕਿਸੇ ਵੀ ਐਡਵਰਟੀਜ਼ਮੈਂਟ, ਕਿਸੇ ਵੀ ਗਲੀ 'ਤੇ ਤੁਸੀਂ ਚਲੇ ਜਾਓ ਨਿਊਜ਼ੀਲੈਂਡ ਦਾ ਬੋਰਡ ਨਜ਼ਰ ਆਉਂਦਾ ਸੀ, ਯੂ ਨੋ ਅੱਜ ਤੁਸੀਂ ਕਿਸੇ ਨੂੰ ਪ੍ਰਮੋਟ ਕਰਦੇ ਨਜ਼ਰ ਨਹੀਂ ਆਓਗੇ, ਕਿਉਂਕਿ ਜਿਹੜਾ ਫੋਕਸ ਜਾਂ ਕ੍ਰਾਈਟੀਰੀਆ ਅਸੈਸਮੈਂਟ ਦਾ ਉਹ ਨਿਊਜ਼ੀਲੈਂਡ ਦਾ ਚੇਂਜ ਹੋ ਗਿਆ। ਪਹਿਲਾਂ ਕੀ ਹੁੰਦਾ ਸੀ, ਏਜੰਟ ਜਿਹੜਾ ਹੈ ਉਹ ਸਭ ਤੋਂ ਨੀਚੇ ਹੁੰਦਾ ਸੀ, ਪਹਿਲਾਂ ਜਿਹੜਾ ਕ੍ਰਾਈਟੀਰੀਆ ਹੁੰਦਾ ਸੀ ਇੰਸਟੀਟਿਊਸ਼ਨ ਹੁੰਦਾ ਸੀ, ਕੋਰਸ ਕਿਹੜਾ ਬੱਚਾ ਜਾ ਰਿਹਾ, ਸਟੂਡੈਂਟ ਦੀ ਕੀ ਪ੍ਰੋਫਾਈਲ ਹੈ, ਚੌਥੇ 'ਤੇ ਆਉਂਦਾ ਸੀ ਕੰਸਲਟੈਂਟ ਕਿਹੜਾ ਅਪਲਾਈ ਕਰ ਰਿਹਾ। ਹੁਣ ਜਿਹੜਾ ਉਹਨੂੰ ਪੂਰਾ ਹੀ ਉਲਟਾ ਹੋ ਗਿਆ, ਹੁਣ ਪਹਿਲੀ ਜਿਹੜੀ ਕ੍ਰਾਈਟੀਰੀਆ ਹੈ ਜਾਂ ਪਹਿਲਾਂ ਜਿਹੜਾ ਸਪੈਸੀਫਿਕੇਸ਼ਨ ਆ ਉਹ ਕੰਸਲਟੈਂਟ ਆ, ਕਿਹੜੇ ਕੰਸਲਟੈਂਟ ਦੇ ਥਰੂ ਅਪਲਾਈ ਕਰ ਰਹੇ ਹੋ। ਹੁਣ ਜਿਵੇਂ ਮੈਡਵੇ ਵੀ ਇੱਕ ENZ ਆਰੇ ਮੈਂਬਰ ਹੈ, ਐਜੂਕੇਸ਼ਨ ਨਿਊਜ਼ੀਲੈਂਡ ਰਿਕੋਗਨਾਈਜ਼ਡ ਏਜੰਸੀ ਆ, ਪੂਰੇ ਇੰਡੀਆ ਵਿੱਚ ਸਿਰਫ 15 ਹੀ ਹੈ, ਪੰਜਾਬ 'ਚ ਵੀ ਮੇਰੇ ਖਿਆਲ 'ਚ ਗਿਣ ਕੋਈ 3-4 ਹੀ ਹੋਣਗੇ ਜਿਹੜੇ ਓਪਰੇਟ ਕਰ ਰਹੇ ਨੇ, ਤਾਂ ਇਹਨਾਂ ਨੂੰ ਹੀ ਜ਼ਿਆਦਾ ਫੋਕਸ ਜਾਂ ਇੰਸਟੀਟਿਊਸ਼ਨਸ ਜਿਹੜੇ ਹੁਣ, ਚਾਹੇ ਇਮੀਗ੍ਰੇਸ਼ਨ ਨਿਊਜ਼ੀਲੈਂਡ, ਤੁਸੀਂ ਕਹਿ ਰਹੇ ਹੋ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਹੁਣ ਕੀ ਪ੍ਰਾਇੋਰਿਟੀ ਦਿੰਦੀ ਹੈ, ਕਈ ਬੱਚੇ ਤੁਹਾਨੂੰ ਇਹ ਵੀ ਪੁੱਛਦੇ ਨੇ ਕਿ ਤੁਸੀਂ ਕਹਿ ਰਹੇ ਹੋ ਤੁਸੀਂ ENZ ਆਰੇ ਮੈਂਬਰ, ਤੁਹਾਨੂੰ ਕੀ ਫਾਇਦਾ, ਫਾਇਦਾ ਕੀ ਹੈ ਬੱਚੇ ਨੂੰ, ਕੀ ਫਾਇਦਾ ਬੱਚੇ ਦਾ ਫਾਇਦਾ? ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਚਾਹੇ ਪ੍ਰਾਇੋਰਿਟੀ ਪ੍ਰੋਸੈਸਿੰਗ ਨਾ ਦੇ ਆਫੀਸ਼ੀਅਲੀ ਔਨ ਪੇਪਰ, ਬਟ ਘੁੰਮ ਫਿਰ ਕੇ ਹੁਣ ਇੰਸਟੀਟਿਊਸ਼ਨ ਪ੍ਰਾਇੋਰਿਟੀ ਦੇ ਰਹੇ ਨੇ, ਕਿਉਂਕਿ ਹੁਣ ਜਿਹੜੀ ਹੈ ਅਕਾਊਂਟੇਬਿਲਿਟੀ ਇੰਸਟੀਟਿਊਸ਼ਨ ਦੀ ਜ਼ਿਆਦਾ ਹੋ ਗਈ ਹੈ। ਤੁਸੀਂ ਇਸ ਮੰਚ 'ਤੇ ਦੇਖਿਆ ਕਿ ਪਹਿਲਾਂ ਹਰ ਬੰਦਾ ਵਾਇਰਕੀ ਪ੍ਰਮੋਟ ਕਰ ਰਿਹਾ ਸੀ, ਅੱਜ ਤੁਹਾਨੂੰ ਗਿਣੇ ਚੁਣੇ 4-5 ਬੰਦੇ ਹੀ ਵਾਇਰਕੀ ਦੀ ਗੱਲ ਕਰਦੇ ਨੇ। ਉਹਨਾਂ ਨੇ ਮੈਸਿਵ ਸਕੇਲ 'ਤੇ ਜਿਹੜਾ ਹੈ ਕੰਟਰੈਕਟ ਕੈਂਸਲ ਕੀਤਾ, ਸਿਰਫ ਵਾਇਰਕੀ ਨਹੀਂ ਜਿੰਨੇ ਵੀ ਇੰਸਟੀਟਿਊਸ਼ਨ ਸੀ ਸਭ ਦੇ ਕੰਟਰੈਕਟ। ਰੀਜ਼ਨ ਨਹੀਂ, ਫੇਕ ਡਾਕੂਮੈਂਟੇਸ਼ਨ, ਵੀਜ਼ਾ ਰਿਫਿਊਜ਼ਲ, ਕਿਉਂਕਿ ਹੁਣ ਜਿਹੜਾ ਪਹਿਲਾਂ ਕੀ ਹੁੰਦਾ ਸੀ ਨਾ ਕਿ ਏਜੰਟ ਦੀ ਵੀ ਅਕਾਊਂਟੇਬਿਲਿਟੀ, ਸਾਡੀ ਵੀ ਅਕਾਊਂਟੇਬਿਲਿਟੀ ਬਣਦੀ ਸੀ ਕਿ ਪਰਸੈਂਟੇਜ ਅਸੀਂ ਮੇਨਟੇਨ ਕਰੀਏ, ਸਕਸੈਸ ਪਰਸੈਂਟ 90% ਤੋਂ ਉੱਪਰ ਰੱਖੀਏ, ਤਾਂ ਹੀ ਸਾਨੂੰ ਮੈਂਬਰਸ਼ਿਪ ਮਿਲਦੀ ਸੀ। ਜਦੋਂ ਮੈਨੂੰ ਯਾਦ ਹੈ ਜਦੋਂ ENZRA ਫਾਰਮ ਹੋਇਆ ਸੀ, ਤਦ ਐਂਟਰੀ ਵਾਸਤੇ, ENZRA ਦੀ ਐਂਟਰੀ ਵਾਸਤੇ ਤੁਹਾਨੂੰ ਇੱਕ ਸਪੈਸੀਫਿਕ ਟਾਰਗੇਟ ਅਚੀਵ ਕਰਨਾ ਪੈਂਦਾ ਸੀ, ਪਲੱਸ 90% ਤੋਂ ਉੱਪਰ ਸਕਸੈਸ ਦੇਣਾ ਪੈਂਦਾ ਸੀ। ਇਹੀ ਟਾਰਗੇਟ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਾਂ ਐਨਜ਼ਕਿਊ ਨੇ ਇੰਸਟੀਟਿਊਸ਼ਨ ਨੂੰ ਕਹਿਤਾ ਵੀ ਤੁਹਾਡਾ ਜਿਹੜਾ ਹੈ, ਤੁਹਾਡਾ ਜਿਹੜੀ ਸਕਸੈਸ ਰੇਟ ਆ, ਵੀਜ਼ਾ ਸਕਸੈਸ ਰੇਟ ਆ, ਉਹ ਮੋਰ ਦੈਨ 60% ਹੋਣਾ ਚਾਹੀਦਾ। ਹੁਣ ਮੋਰ ਦੈਨ ਜਦੋਂ 60% ਕਿਹਾ, ਉਹਨਾਂ ਦੇ ਹੋਸ਼ ਉੱਡ ਗਏ ਕਿ ਹੁਣ ਤੋਂ ਵੀ ਆਫਰ ਨਹੀਂ ਦੇ ਸਕਦੇ, ਨਾ ਹੀ ਅਸੀਂ ਏਜੰਟ, ਹੁਣ ਤਾਂ ਸਾਨੂੰ ਏਜੰਟ ਨਾਲ ਕਲੋਸਲੀ ਕੰਮ ਕਰਨਾ ਪਏਗਾ, ਤਾਂ ਹੀ ਸਾਡਾ ਹੋਏਗਾ, ਨਹੀਂ ਤਾਂ ਸਾਡੀ ਕੈਟੇਗਰੀ 3 ਤੇ ਆ ਜਾਣੀ ਹੈ। ਜਿੱਥੇ 3rd-4th ਤੇ ਆ ਗਈ, ਸਾਡੇ ਇੰਡੀਆ ਵਾਸਤੇ ਵੈਸੇ ਹੀ ਬੰਦ ਹੋ ਜਾਣੇ ਦਰਵਾਜ਼ੇ। ਜਿਹੜੇ ਪ੍ਰਾਈਵੇਟ ਕਾਲਜ ਬਹੁਤ ਸਾਰੇ ਜਿਹੜੇ ਪ੍ਰਮੋਟ ਹੋ ਰਹੇ ਸੀ, ਉਹ ਤਾਂ ਇਸ ਟਾਈਮ ਇੰਡੀਆ 'ਚ ਆਪਣੀ ਸਟੂਡੈਂਟ ਰਿਕਰੂਟਮੈਂਟ ਕਰ ਹੀ ਨਹੀਂ ਰਹੇ, ਬੰਦ ਹੋ ਗਏ ਨੇ। ਤੁਸੀਂ ਦੇਖੋਗੇ ਨਾ ਮਾਰਕੀਟ ਦੇ ਕਿਸੇ ਨਾਲ ਗੱਲ ਕਰੋਗੇ, ਤਾਂ ਜਿਹੜੇ ਸਟੂਡੈਂਟ ਜਿਹੜੇ ਕਾਲਜਸ ਇੰਡੀਆ 'ਤੇ ਮਾਰਕੀਟ ਕਰ ਰਹੇ ਸੀ, ਅੱਜ ਉਹਨਾਂ ਨੂੰ ਤੁਸੀਂ ਆਫਰ ਲੈਟਰ ਵਾਸਤੇ ਰਿਕੁਐਸਟ ਪਾਓ, ਕਹਿੰਦੇ ਅਸੀਂ ਇੰਡੀਆ ਤੋਂ ਸਟੂਡੈਂਟ ਹੀ ਨਹੀਂ ਚਾਹੀਦਾ ਜੀ ਸਾਨੂੰ। ਇਹ ਹਾਲ ਹੈ, ਮਤਲਬ ਕਹਿਣ ਦਾ ਮਤਲਬ ਇੰਸਟੀਟਿਊਸ਼ਨ ਦੀ ਕਰਕੇ ਉਹਨਾਂ ਦੀ ਰਿਸਪੋਂਸਿਬਿਲਿਟੀ ਜ਼ਿਆਦਾ ਹੋ ਗਈ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਏਜੰਟ ਮੋਨੀਟਰਿੰਗ ਜ਼ਿਆਦਾ ਹੋ ਗਈ ਹੈ, ਸਿਮਿਲਰ ਟੂ ਆਸਟ੍ਰੇਲੀਆ। ਜਿਵੇਂ ਆਸਟ੍ਰੇਲੀਆ ਹੁੰਦਾ ਸੀ, ਹੁਣ ਫੋਰ ਐਗਜ਼ਾਮਪਲ ਆਸਟ੍ਰੇਲੀਆ ਚੱਲ ਰਿਹਾ, ਹੁਣ ਆਸਟ੍ਰੇਲੀਆ ਦੇ ਤੁਸੀਂ ਦੇਖੋਗੇ ਲਿਮਿਟਡ ਬੰਦੇ ਹੀ ਪ੍ਰਮੋਟ ਕਰਦੇ ਨੇ, ਜਿਹੜੇ ਯੂਨੀਵਰਸਿਟੀਜ਼ ਜਾਂ ਗਵਰਮੈਂਟ ਇੰਸਟੀਟਿਊਸ਼ਨ ਪ੍ਰਮੋਟ ਕਰਦੇ ਨੇ, GT ਰਿਕੁਆਇਰਮੈਂਟ ਮੀਟ ਕਰਦੇ। ਸਿਮਿਲਰਲੀ ਤੁਸੀਂ ਨਿਊਜ਼ੀਲੈਂਡ ਵੀ ਲੈ ਕੇ ਚੱਲੋ, ਲਿਮਿਟਡ ਬੰਦਿਆਂ ਨਾਲ ਹੀ
इमीग्रेशन न्यूजीलैंड ने मना करता, इन्ना ज्यादा फ्रॉड हो गया उस विच। अच्छा मतलब इस मैं ये कह रहा कि असीं सिस्टम डरे नहीं तो तुहानू अपडेशन नहीं पता लगनी, मेरे ख्याल नहीं पता लगनी। मतलब कहने का मतलब यह है कि असीं सिस्टम नू इन्ना अब्यूज कर देंगे ने कि वह 15 दिन 20 दिन विच एक नवी अपडेट आ जाती है, सानू पता नहीं होंदा। मैं अच्छे तो अच्छे कंसल्टेंट देखिया अज भी मामे ताए का फंड शो करते हैं और डिक्लाइन लेके आते हैं, जबकि ये रूल कदा चेंज हो गया, तुहानू भी पता है ना। सो फॉर एग्जाम्पल क्लोजली या ENZ आर ए मैंबर का या अच्छे इंस्टीट्यूशन रिप्रजेंट कर या इन्ने साल का वर्क एक्सपीरियंस साड़ा जो एक्सपीरियंस है इन्ने 10 साल का एक्सपीरियंस है इतने ही काम आता। एक बच्चा गलत कंसल्टेंट्स को चला जाता है ENZ आर ए नहीं ट्रेन नहीं है कि नुकसान होंगे बच्चे एक तो वीजा रिजेक्ट होगा और की नुकसान होगा। वीजा रिजेक्ट होने की जरूरत नहीं है, मैं नहीं कह रहा कि कोई आम एजेंट को चला गया तो वीजा रिजेक्ट होगा, कि पता उन्हें अच्छी प्रोफाइल है। फॉर एग्जाम्पल स्ट्रेट फॉरवर्ड प्रोफाइल आ गई जो 6 बैंड वाली आ गई, 12वीं पास आ गया, फंड वे सारे पुराने है 6 बैंड, चाहे कोई भी एजेंट अपलाई करे अगर सब्जेक्ट टू की वह कॉन्ट्रैक्ट है कॉलेज नाल, अगर वो अपलाई करता है तो वीजा आने पूरे पूरे चांस ने। अगर फॉर एग्जाम्पल किसी एजेंट ने गलत डॉक्यूमेंट लेके डिक्लाइन करवाया है देन इट इज एन इशू। फॉर एग्जाम्पल किसी एजेंट को बच्चा चला गया, उन्हें कोई अपनी तरफ डॉक्यूमेंट लगाता वर्क एक्सपीरियंस है कोई फाइनेंशियल और डिक्लाइन हो गई कैरेक्टर, वो फिर दिक्कत आती है। अगर वैसे ही डिक्लाइन आ चाहे इंटू द डिक्लाइन या फंड्स से, तुम सू अप्रोच कर सकते हो दोबारा तो तुम्हारा केस प्रॉपर तरीके नाल बच्चे को फाइल चेक नहीं कराई जाती लाने वे आ डॉक्यूमेंट लाए जा रहे हैं। कौन चेक कराता? कंसल्टेंट्स कराना चाहिए, असी तो कराते हैं, कराना चाहिए। बच्चे को पूरा पता होना चाहिए, बच्चे को यह पता होना चाहिए कि वो फंड किन्ने लगे ने, किहड़े कौन फंड शो हो रहा, इंटरव्यू तो उन्हें प्रॉपर जी SOP बनाता है। SOP बेसिकली जी बनती है वो इंटरव्यू प्रिपरेशन होंगे। असं बच्चों ने कहा जब तुम SOP बनाते हो वो इंटरव्यू के जो क्वेश्चन आते हैं उन्होंने कवर करो, राय दिन तुम अपने काउंसलर को फड़ाता कि चल भाई SOP मेरा बना दो प्लीज, मेरे बस की नहीं है, बाकी एजेंट जोड़े तो SOP बना देंगे, असं तो सिर्फ अकैडमिक और फंड देते बाकी तो काम है जी। यह सब मिडवे तो नहीं चलता, असी जोड़ा स्टूडेंट आ उन्होंने पूरा प्रिपेयर होना पेगा। कई बच्चे असी देखे असी फाइलों महीना महीना पे रही है साढ़े ऑफिस से, बच्चा कोऑपरेट नहीं करता। असी पहले ही कहने भी है कि जोड़ा बच्चा कोऑपरेट नहीं करेगा प्रॉपर तरीके सानू सपोर्ट नहीं करेगा इंटरव्यू प्रिपेरेशन नहीं करेगा वो फाइल असं मूव ही नहीं कर सकते। अभी डेट च लेटेस्ट जिमें तुम दस कि वोटर कार्ड नहीं चल रहा, इसके अलावा कोई लेटेस्ट अपडेट? सी लेटेस्ट वोटर कार्ड नहीं चलता, मैं यही कह रहा रीसेंटली हम फाइलों के उपर भी कई बार हों कि फाइल्स जो लॉज हम मिडवे मैसिव स्केल के फाइल हूँ मेरे ख्याल से top 3 कंसल्टेंट विच इंडिया विच आएगा जो नंबर वाइज और परसेंटेज वाइज, तो जिन्हें नंबर तुम लॉज करोगे यही एक्सपीरियंस का फायदा होंगे, जिन्हें ज्यादा नंबर तुम लॉज करोगे उन्नी ज्यादा अपडेशन की तुम्हें पता लग गया। SH वोटर आई कार्ड रिलेशन प्रूफ आ रही है, बाकी सारे सेम ही आलमोस्ट। किस इनटेक की तैयारियां इस वक्त? जुलाई बहुत क्रुशियल इनटेक है गवर्नमेंट इंस्टीट्यूशन और यूनिवर्सिटीज वास्ते, उसके बाद फिर सितंबर है और अगे अगे इनटेक्स आते रहते हैं। इनटेक्स तो काफी आते रहे, हम तो हर इंस्टीट्यूट हर कॉलेज का ही यही हो गया, हर कंट्री का हो गया। कैनेडा पहले 2 करता है, हम अच्छे मई करता, कई इंस्टीट्यूशन देखो सितंबर च भी ऑफर करेंगे, तो डिपेंड करता है यू नो किहड़े कोर्स से बच्चे ने जाना। कभी बार न्यूजीलैंड जैसा भी हो जाता कि बच्चे ने अप्रैल इनटेक लिया जुलाई लिया लंघते 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 वीजा आते आते लेट हो गया, उन्होंने एक्सटेंशन या डेफिनेट प्रॉब्लम नहीं, कोई प्रॉब्लम नहीं है न्यूजीलैंड में, कभी भी प्रॉब्लम नहीं रही। फॉर एग्जाम्पल जे बच्चों की फाइल लगी सी हूँ फरवरी काफी रश टाइम हों, जिस काफ़ी सारे यूनिवर्सिटीज़ और गवर्नमेंट इंस्टीट्यूशन जो अपने कोर्सेज ऑफर करते हैं, अगर तुम्हारा वीजा बाई चांस नहीं होया इस विच तो तुम अपना एक्सटेंशन लैके जो भी AIP आएगा अप्रूवल इन प्रिंसिपल तुम्हारा आएगा और बाद तुम जो फीस सबमिट कर दो कॉलेज तो नेक्स्ट ऑफर लेटर मंगा के AIP रिक्वायरमेंट के सबमिट कर सकते हो। 2017 पास आउट हो गए बच्चे पहले ही की तैयारियां करनी चाहिए 17 वाले 2017 वास्ते जो बच्चे फर्स्ट जोड़ा है वो तो IELTS ही देना बेसिकली IELTS Pearson टेस्ट TOEFL जो भी तुम देना है वो दे सकते हो। न्यूजीलैंड वास्ते हुण तो ही तैयारी करो अपनी जाके जिन्हें भी IELTS सेंटर्स अपने 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 शहर आते हैं उत्थे करके IELTS अपनी लो, और दूसरा है कि थोड़ा जा रिसर्च करना हुण तो ही शुरू कर दो। फंड्स की बहुत इंपॉर्टेंट चीज है न्यूजीलैंड, जब मैं क्या कि फंड्स से बहुत ज्यादा हुआ, अगर तुम माइंड बना लिया अपना अज तो फंड किवें मेंटेन करे कर सकता बच्चा। फॉर हाँ 12th पास बच्चा और ग्रेजुएशन दोनों का मैं दस दिना, जेडे 12वीं पास बच्चा है बेसिकली उन्हें अगर एडवांस डिप्लोमास करने 2 साल दे उते तो करीब करीब 25 लाख रुपए हुण तो ही मेंटेन करना शुरू कर दे। अगर उसके कोल प्रॉपर फंड का सोर्स नहीं है, अगर उसके कोल GPF है PPF है या एजुकेशन लोन लेना या लोन अगेंस्ट प्रॉपर्टी लेना वो तो रीसेंट भी चल जाएगा, बट किसी को अगर यह सब चीजा नहीं है तो हुण तो FD एक बना के 6 महीने वेट कर लो ताकि जुलाई इनटेक या सितंबर इनटेक से अपना अपलाई कर सकते हो। सिमिलरली जोड़ा जिन्हें बच्चे ने बैचलर्स डिग्री की है उन्हें Level 7 कोर्स करना 1 ईयर का ग्रेजुएट डिप्लोमा तो उन्होंने करीब करीब 15 लाख के आसपास फंड चाहिए होंगे, तो हम तो अगर सोर्स नहीं है तो 2-3 अपने पेरेंट्स के नाम से FDA या सेविंग अपने नाम से करके 6 महीने उन्होंने होल्ड कर दे ताकि अगले इनटेक से जाए, फिर जरूरत नहीं है नहीं, फिर तो सोर्स, हाँ फिर तो कोई सोर्स की जरूरत नहीं है। अगर जो कि फंड शो कर सकते हैं उन्होंने ऑप्शन यही है 6 महीने वेट करो फंड पा के, ज्यादातर ऑप्शन यही है, यही है बेस्ट ऑप्शन यही है बेस्ट। अभी घूम फिर के इधर उधर चक्कर लगाएंगे लेकिन फायदा कुछ है नहीं। खेतीबाड़ी वास्ते या तो प्रॉपर्टी के अगेंस्ट लोन ले लो या
तो यही ऑप्शन है कि तुसी 6 महीने अपने फंड 5 साढ़े 5 महीने भी चल जाते हैं, 6 महीने लैके चलो उस फंड अपना मेनटेन करो और फंड से वह कोई सोर्स नहीं चाहिए। प्रॉपर्टी नालों एजुकेशन लोन नहीं ठीक? नहीं, एजुकेशन लोन मिलेगा किमें खेतीबाड़ी वाले नूं? ये मुश्किल हो जाती है लोन पढ़ने वास्ते जो बच्चा डिग्री ले जा रहा है, अगर मिलता है तो बेस्ट। अगर वो तो एक्सेप्टेड ही है, एजुकेशन लोन भी एक्सेप्टेड है, लोन अगेंस्ट प्रॉपर्टी भी एक्सेप्टेड है, पर्सनल लोन भी एक्सेप्टेड है। अगर किसी को एजुकेशन लोन मिलता है उस तो अच्छा तो कुछ है ही नहीं जी। हाँ जी, 17 वाले स्कॉलरशिप किमें रह सकते हैं? स्कॉलरशिप वास्ते क्राइटेरिया होंदी है, न्यूजीलैंड तो बहुत अच्छा इस टाइम जेडे काफी सारे इंस्टीट्यूशंस न्यूजीलैंड दे, चाहे वो प्राइवेट कॉलेज हो, चाहे आईटीपीज हो, चाहे यूनिवर्सिटीज हो, स्कॉलरशिप इंडियन मार्केट इंडियन स्टूडेंट वास्ते लेके आए हैं। तो मेरे को यूनिटेक भी है, एनटेक भी है, नॉटेक भी काफी अच्छे कोर्स ऑफर कर रहा है, यूनिवर्सिटीज भी कर रहा है जो स्कॉलरशिप ऑफर कर रहे हैं। तो जेडे 12वीं पास बच्चे है ने, तो जिन्हों का आयल स्कोर अच्छा है, जिन्हों के परसेंटेज 60-65% आ, स्कॉलरशिप वास्ते हकदार ने जी सकते हैं। फॉर एग्जाम्पल बच्चे के बैंड 5.5 रह गए, 70% नंबर है मेडिकल का बच्चा, ऐसे बच्चे प्लस टू वाले कामयाब हो जाने? प्लस टू 5.5 तो थोड़ी दिक्कत आ, यू नो साइंस वाला बच्चा पर्टिकुलरली, जिमें तुम साइंस किया तो साइंस वाला बच्चा अगर फिजिक्स केमिस्ट्री बायोलॉजी है और 5.5 है, वो वास्ते दिक्कत है। वो वास्ते मैं तो यही राय देवगी वो आइल्स दे या पीटी च इंप्रूव करे, 6 बैंड्स लाए, वो बाद बहुत अच्छे कोर्सेस है, बैचलर इन साइंस से जा सकता है, 2 साल का डिप्लोमा बायोटेक्नोलॉजी स्पेशलाइजेशन या लैब टेक्नोलॉजी स्पेशलाइजेशन या फूड टेक्नोलॉजी स्पेशलाइजेशन, ये सारे कोर्सेस अवेलेबल है न्यूजीलैंड। रिफ्यूजल केसों किमें देखते हो? पहले आस्ट्रेलिया वाले आ जाइए, आस्ट्रेलिया के रिफ्यूजल केस के एक्सेप्टेबल है न्यूजीलैंड? एक्सेप्टेबल है, कैनेडा रिफ्यूजल भी एक्सेप्टेबल ने, ऑस्ट्रेलिया रिफ्यूजल भी है ने, और न्यूजीलैंड भी है ने। लेकिन यह है कि मैं जिम्मे बार बार यही कहना कि हर कंट्री की असैसमेंट क्राइटेरिया डिफरेंट है, और इंटरव्यू से देखना पेगा, तो डिक्लाइन लेटर चेक करना पेगा, या डेफिनेटली मैं एक चीज एश्योर कर सकता है, तुम अप्लाई जरूर कर सकते हो, बट वो केस टू केस सिनारियो पर डिपेंड करेगा। जब तुम अब फाइल दिखाओगे सानू, ऑफर लेटर सबमिट करोगे, यह सब चीजें देखोगे, तभी असं असैसमेंट करके दस सकते हैं, बट अप्लाई जरूर कर सकते हो। कैनेडा का तो ज्यादातर होंगे कि तुम्हारा कोर्स रेलिवेंट नहीं है, बैंड घट ने, परसेंटेज घट है, तो भी अप्लाई हो सकता है कैनेडा, अप्लाई हो सकता है। हाँ, मैं वही कह रहा बार बार, असैसमेंट क्राइटेरिया डिफरेंट है। न्यूजीलैंड का फोकस है फंड दे, असं बहुत सारे कैनेडा रिफ्यूजल्स एवं देखे ने कि जो न्यूजीलैंड के विदाउट इंटरव्यू अप्रूव हुए हैं, अगर फंड्स मीट होते हैं तो यह जी कोई प्रॉब्लम नहीं है। तो कैनेडा रिफ्यूजल जोड़े भी हुए ने, अकेडमिक बैकग्राउंड मैच नहीं कर रहा, कोर्स रेलिवेंट नहीं लिता, ये सब चीजें सानू कंसल्ट करन, और न्यूजीलैंड से कोई प्रॉब्लम नहीं आएगी, सब्जेक्ट टू तुसी फंड्स तुहाडे प्रॉपर होण। तो आस्ट्रेलिया के, आस्ट्रेलिया च दो चीज़ा करके होंगे मेन, या फंड नहीं है कि बच्चे या इंटरव्यू डिक्लाइन है। सेम न्यूजीलैंड भी हुई है, सेम न्यूजीलैंड भी यही है, बट उत्तर देखना पेगा कि बाद जो आस्ट्रेलिया से डिक्लाइन होया, बाद होर मेहनत की है, हूँ तुम्हारा करंट सिनारियो की है, वो असं असैसमेंट कर, जो तुम फाइल लेके आओगे साडे काउंसलर से, मैं तुम्हारे गल करके देखांगा, अगर तुम्हारे न्यूजीलैंड वास्ते अगर सूट करता है, तुम्हें अगर अनकंडीशनल ऑफर लेटर इंस्टीट्यूशन ऑफर करता है, उस मोमेंट तो असं जज करा कि तुम अप्लाई कर सकते हो नहीं कर सकते। बहुत बच्चे न्यूजीलैंड तो ही रिफ्यूजल हो गए, वो भी दोबारा सक्सेस नहीं? सारे सारे वीजा हुए हैं, जिन्हें भी पिछले साल मैसिव स्केल से डिक्लाइन हुए हैं, मैं तो कह रहा 80-90% बच्चे जड़े आ सब दे वीजा हुए हैं, सब दे जड़े फंड से डिक्लाइन, फ्रॉडुलेंट डॉक्यूमेंट नु, फ्रॉडुलेंट नु जड़ के जिन्हें भी डिक्लाइन है वो सारे रीअप्लाई कर सकते हैं जी। इनटेक की गल हो गई है, हर चीज की सी जी गल हो गई है, प्लस टू तो बाद ग्रेजुएशन वाले का सवाल आया जी, खास तौर पर बीटेक वाले का, कि सप्लियां किमें लैंदा है न्यूजीलैंड जे सप्लियां होण? एज सच कोई प्रॉब्लम नहीं है, मैं कहांगा कि हुण 20 सप्लियां तक भी मैं देखा या 25 सप्लियां तक भी बच्चे निकले ने। एंड ऑफ द डे न्यूजीलैंड का क्राइटेरिया यह है कि बच्चे ने कोर्स कंप्लीट किया या नहीं किया। अगर बच्चे ने कोर्स, यही सप्ली का जो फंडा होंगे, सप्ली का बेसिकली कैनेडा के प्रॉब्लम है, बट न्यूजीलैंड तो यह जी मैं आज तक कोई प्रॉब्लम नहीं देखी, जो सप्ली ज्यादा भी है वो सानू कंसल्ट करन, वो भी वीजा ले सकते हैं, कोई प्रॉब्लम नहीं है न्यूजीलैंड वास्ते। अज की डेट के एरिया की सिलेक्शन किमें करनी चाहिए न्यूजीलैंड के बच्चे? यू मीन एरिया रीजन वाइज? रीजन वाइज ऑब्वियसली गवर्नमेंट इंस्टीट्यूशन जो एक रीजन से सपोर्ट करते हैं, सानू यह भी पता है कि हुण जिहड़ा टोईमा इंस्टीट्यूट ऑफ टेक्नोलॉजी है, जिहड़ा कि रोटरुआ और टोरंगा कैंपस दोनों है ने, तो बेसिकली उस एग्रीकल्चर रिलेटेड कोर्सेस काफ़ी अच्छे ने, यू नो साइंस रिलेटेड कोर्सेस बच्चा उत्थे जा सकता है, हॉस्पिटैलिटी कुकरी रिलेटेड कोर्सेस उत्थे जा सकता है, सिमिलरली किसी ने वाइन रिलेटेड कोर्सेस करने हैं तो NMIT जा सकता है, EIT जा सकता है, कोई इंजीनियरिंग। पहला अपना कोर्स देखे, बहुत सारी सरकमस्टांसिस उस टाइप की होंगी है। बच्चे जड़े हम देखो कि कैनेडा बच्चा तुम पहले नोट किया होगा, इन्हें साल तो करोगे, कैनेडा हर बच्चा कैनेडा मंगता है, हम ग्रेजुअली असं मार्केट देखिए कैनेडा तो मंगता ही है, बट नाल न्यूजीलैंड भी मंगता है, क्योंकि वो फ्रेंड्स ऑलरेडी उत्थे सैटल ने, वेल ऑफ हो गए हैं, वो रिलेटिव अजकल उत्थे काफी हो गए हैं, तो वो भी डिपेंड करता है कि बच्चे के रिलेटिव कितने है। फॉर एग्जाम्पल जो रिलेटिव या फ्रेंड जितना क्राइस्टचर्च है वो क्राइस्टचर्च ही जाएगा, जो टोरंगा है वो टोरंगा ही जाएगा, जब ऑकलैंड है वो ऑकलैंड ही जाएगा। बट मैं स्टूडेंट्स में यही कहांगा कि अपना ये सब चीज़ों छोड़ के भी अपना जो कोर्स है उन्होंने भी प्रायोरिटी दिया करो। फॉर एग्जाम्पल जिन्हें इंजीनियरिंग करनी है वो अच्छे इंस्टीट्यूट से ही जाए जिसे फ्यूचर है। फॉर एग्जाम्पल वेलिंगटन जाए या ऑकलैंड जाए या क्राइस्टचर्च जाए,
ਕੰਸਟਰਕਸ਼ਨ ਮੈਨੇਜਮੈਂਟ ਜਿਹਨੇ ਸਿਵਲ ਇੰਜੀਨੀਅਰਿੰਗ ਕੀਤੀ ਹੈ ਉਹ ਬੱਚਾ ਕ੍ਰਾਈਸਿਸ ਵੈਲ ਪ੍ਰੀਫਰ ਕਰੇ, ਉੱਥੇ ਆਰਾ ਇੰਸਟੀਟਿਊਟ ਆਫ ਟੈਕਨੋਲੋਜੀ ਹੈ ਉਹ ਵੀ ਕਾਫੀ ਉਹ ਹੈਗਾ। ਹੁਣ ਕਈ ਹੋਰ ਵੀ ਬੜੇ ਚੇਂਜਸ ਆਏ ਨੇ, ਹੁਣ ਜਿਵੇਂ ਫਿਰ ਵੈਲਿੰਗਟਨ ਅਤੇ ਵੈਲਟੈਕ ਹੁੰਦਾ ਸੀ ਵਾਈਕਾਟ ਵੈਲਿੰਗਟਨ ਇੰਸਟੀਟਿਊਟ ਆਫ ਟੈਕਨੋਲੋਜੀ, ਉਹ ਵੀ ਹੁਣ ਮਰਜ ਹੋ ਗਿਆ ਫਿਟੇਰੀਆ ਨਾਲ ਜਿਹੜਾ ਇੱਕ ਆਕਲੈਂਡ ਨਾਲ, ਤਾਂ ਉਹਦੇ ਹੁਣ ਡੁਅਲ ਹੋ ਗਏ ਨੇ, ਮਤਲਬ ਦੋ ਕੈਂਪਸਿਸ ਹੋ ਗਏ ਨੇ ਆਕਲੈਂਡ ਵੀ ਵੈਲਿੰਗਟਨ 'ਤੇ। ਤਾਂ ਬੱਚੇ ਵਾਸਤੇ ਮੈਂ ਦੇਖਿਆ ਨਿਊਜ਼ੀਲੈਂਡ ਅਗਰ ਕਿਸੇ ਨੇ ਕਰਨਾ, ਪਹਿਲਾਂ ਜਿਵੇਂ ਹਾਲ ਨਹੀਂ ਰਿਹਾ ਕਿ ਪ੍ਰਮੋਟ ਇਹ ਹੁੰਦਾ ਸੀ ਕਿ ਬਿਜ਼ਨਸ ਆਈ ਟੀ ਬੱਚਾ ਸਿਰਫ ਆਕਲੈਂਡ ਹੀ ਜਾ ਕੇ ਕਰੇ, ਅੱਜ ਕੱਲ੍ਹ ਬੱਚੇ ਵੀ ਕਾਫੀ ਜਾਗਰੂਕ ਹੋ ਗਏ ਨੇ ਮੈਂ ਦੇਖਿਆ, ਔਰ ਬੱਚੇ ਖੁਦ ਮੰਗਦੇ ਨੇ ਕਿ ਸਾਨੂੰ ਇਹ ਬੈਕਗਰਾਊਂਡ ਹੈ ਇਹ ਕੋਰਸ ਕਰਨਾ ਇਸ ਰੀਜਨ 'ਤੇ ਕਰਨਾ, ਅਤੇ ਇੱਕ ਬਹੁਤ ਹੀ ਅੱਛਾ ਪੋਜ਼ਿਟਿਵ ਟ੍ਰੈਂਡ ਮੈਂ ਦੇਖਦਾ ਨਿਊਜ਼ੀਲੈਂਡ ਵਾਸਤੇ। ਆਕਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਪਹਿਲਾਂ ਬੱਚਾ ਗਿਆ ਹੈਗਾ, ਆਕਲੈਂਡ 'ਚ ਨਾ ਕਾਮਯਾਬ ਹੋਣ ਦਾ ਕਾਰਨ ਕੀ ਹੋ ਗਿਆ, ਕਾਮਯਾਬ ਕਿਉਂ ਨਹੀਂ ਹੋਏ ਬੱਚੇ, ਭੀੜ ਹੋ ਗਈ? ਜਿੱਥੇ ਭੀੜ ਓਬਵੀਅਸਲੀ ਉਹ ਹਰ ਕੰਟਰੀ 'ਚ ਐਵੇਂ ਹੀ ਆ, ਚਾਹੇ ਤੂੰ ਕੈਨੇਡਾ ਲੈ ਲਓ ਚਾਹੇ ਆਸਟ੍ਰੇਲੀਆ ਲੈ ਲਓ, ਜਿੱਥੇ ਵੀ ਜ਼ਿਆਦਾ ਬੱਚਾ ਜਾਂਦਾ, ਫੋਰ ਐਗਜ਼ਾਮਪਲ ਬੱਚਾ ਅੱਜ ਕੱਲ੍ਹ ਕੈਨੇਡਾ ਮੂਵ ਕਰਨ ਨੂੰ ਫਿਰਦਾ, ਯੂ ਨੋ ਅੱਜ ਕੱਲ੍ਹ ਉਹ ਅਲਬਰਟਾ ਮੰਗਦਾ ਜਾਂ ਸੈਸਵਨ ਮੰਗਦਾ ਜਾਂ ਹੋਰ ਮੈਨੀਟੋਬਾ ਮੰਗਦਾ ਬੱਚਾ, ਜਿਹੜਾ ਕੈਨੇਡਾ ਜਾਣ ਵਾਲਾ ਬੱਚਾ ਤੁਸੀਂ ਦੇਖਿਆ ਹੋਏਗਾ। ਸੇਮ ਆਸਟ੍ਰੇਲੀਆ ਵਿੱਚ ਹੁਣ ਬੱਚਾ ਜਿਹੜਾ ਮੰਗਦਾ ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਸਿਡਨੀ ਜਾਂ ਮੈਲਬਨ ਭੇਜ ਦਿਓ, ਉਹ ਕਹੇਗਾ ਤੁਹਾਨੂੰ ਮੈਨੂੰ ਬ੍ਰਿਸਬੇਨ ਭੇਜ ਦਿਓ, ਪਰਥ ਭੇਜ ਦੋ, ਐਡਲੇਟ ਭੇਜ ਦੋ। ਸਿਮਿਲਰਲੀ ਨਿਊਜ਼ੀਲੈਂਡ ਦਾ ਵੀ ਇਹੀ ਕ੍ਰਾਈਟੇਰੀਆ, ਬੱਚੇ ਖੁਦ ਜਾਗਰੂਕ ਕਾਫੀ ਨਵੇਂ, ਜਿਵੇਂ ਕਿਹਾ ਤੁਹਾਨੂੰ ਰਣਵੀਰ ਜੀ, ਆਕਲੈਂਡ ਵੀ ਘੱਟ ਬੱਚੇ ਮੰਗ ਰਹੇ ਨੇ ਅੱਜ ਕੱਲ੍ਹ, ਉਹ ਕਹਿੰਦੇ ਸਾਨੂੰ ਆਕਲੈਂਡ ਦੇ ਬਾਹਰ ਦਿਓ, ਔਰ ਆਕਲੈਂਡ ਦੇ ਬਾਹਰ ਬਹੁਤ ਅੱਛਾ ਸਕੋਪ ਆ, ਹੈਮਿਲਟਨ ਬੱਚਾ ਜਾ ਸਕਦਾ, ਵੈਲਿੰਗਟਨ ਜਾ ਸਕਦਾ, ਕ੍ਰਾਈਸਟਚਰਚ ਜਾ ਸਕਦਾ, ਟੋਰੰਗਾ ਜਾ ਸਕਦਾ, ਨੇਪੀਅਰ ਜਾ ਸਕਦਾ, ਬਹੁਤ ਅੱਛੀ ਸਿਟੀਜ਼ ਆ ਉੱਥੇ ਜਿੱਥੇ ਗਵਰਨਮੈਂਟ ਇੰਸਟੀਟਿਊਸ਼ਨ ਆਫਰ ਕਰਦੇ ਨੇ ਸਾਰੇ ਕੋਰਸਿਸ ਆਫਰ ਕਰਦੇ ਨੇ ਜੀ। ਦੇਖੀ ਜੀ, ਨਿਊਜ਼ੀਲੈਂਡ ਵੀਜ਼ਾ ਲੱਗ ਗਿਆ ਆਪਾਂ ਚੀਜ਼ ਮੰਨ ਲਈ, ਬਹੁਤ ਬੱਚੇ ਨੈਗੇਟਿਵ ਰਿਪੋਰਟ ਦਿੰਦੇ ਉੱਥੋਂ ਜੀ, ਮੈਂ ਕਾਮਯਾਬ ਨਹੀਂ ਹੋਇਆ, ਮੇਰੀ ਪੀਆਰ ਨਹੀਂ ਹੋਈ, ਕਿਹੜੀਆਂ ਗਲਤੀਆਂ ਕਰਦਾ ਬੱਚਾ ਨਿਊਜ਼ੀਲੈਂਡ ਜਾ ਕੇ? ਗਲਤੀਆਂ ਜਿਹੜੀ ਨੈਗੇਟਿਵ ਸਾਈਡ ਵੀ ਦੇਖੋਗੇ ਤਾਂ ਪੋਜ਼ਿਟਿਵ ਵੀ ਬਹੁਤ ਹੈਗੇ ਆ। ਹੁਣ ਜਿਵੇਂ ਇੰਨੇ ਸਾਰੇ ਹਜ਼ਾਰਾਂ ਦੇ ਬੱਚੇ ਅਸੀਂ ਭੇਜੇ ਨੇ, ਉਹਦੇ ਵਿੱਚ ਮੈਂ ਦੇਖਿਆ ਕਿ 90% ਜਿਹੜਾ ਬੱਚਾ ਹੈ ਉਹ ਪੋਜ਼ਿਟਿਵ ਹੀ ਫੀਡਬੈਕ ਦਿੰਦਾ, ਜਿਹੜੇ ਬੱਚੇ ਨੈਗੇਟਿਵ ਫੀਡਬੈਕ ਦਿੰਦੇ ਨੇ ਉਹ ਬੇਸਿਕਲੀ ਇਹੀ ਹੁੰਦਾ ਕਿ ਉਹ ਪਾਰਟ ਟਾਈਮ ਜੌਬ 'ਤੇ ਜ਼ਿਆਦਾਤਰ ਖੇਤਾਂ ਦੇ ਕੰਮ ਕਰਦੇ ਨੇ ਉੱਥੇ ਜਾ ਕੇ, ਯੂ ਨੋ ਬੇਸਿਕਲੀ ਅਗਰ ਤੁਸੀਂ ਜਾਂਦੇ ਕੀਵੀ ਫਰੂਟ ਪਿਕਿੰਗ ਕਰਨ ਲੱਗ ਜਾਓਗੇ ਤਾਂ ਤੁਸੀਂ ਸੋਸਾਇਟੀ ਨਾਲ ਮਿਕਸ ਹੀ ਨਹੀਂ ਹੋ ਰਹੇ। ਮੈਂ ਮਨਾ ਨਹੀਂ ਕਰ ਰਿਹਾ ਕਿ ਤੁਸੀਂ ਕੀਵੀ ਫਰੂਟ ਪਿਕਿੰਗ ਨਾ ਕਰੋ, ਬਟ ਸਾਰਾ ਟਾਈਮ ਹੀ ਉੱਥੇ ਨਾ ਲਗਾ ਦਿਓ ਨਾ। ਪਾਰਟ ਟਾਈਮ ਜੋਬ ਵਾਸਤੇ ਕੀਵੀ ਫਰੂਟ ਪਿਕਿੰਗ ਬੁਰਾ ਨਹੀਂ ਹੈ, ਮੈਂ ਨਹੀਂ ਕਹਿ ਰਿਹਾ, ਉਹ ਸਭ ਨੂੰ ਕਰਨਾ ਚਾਹੀਦਾ, ਉੱਥੇ ਐਗਜੈਕਟਲੀ ਪਤਾ ਲੱਗਦਾ ਕੀ ਹੈ, ਕਿਵੇਂ ਵਰਕ ਐਟਮੋਸਫੇਅਰ ਆ, ਕਈ ਵਾਰ ਸਕਿੱਲਸ ਵੀ ਡਿਵੈਲਪ ਹੁੰਦੀਆਂ ਤੁਹਾਡੀ, ਬਟ ਸਿਰਫ ਹੀ ਕੀਵੀ ਫਰੂਟ ਪਿਕਿੰਗ 'ਤੇ ਜਾਂ ਐਗਰੀਕਲਚਰ 'ਤੇ ਆਪਣਾ ਧਿਆਨ ਰੱਖੋਗੇ ਤਾਂ ਅੱਗੇ ਜਾ ਕੇ ਤੁਹਾਨੂੰ ਜਿਵੇਂ ਪੀ ਆਰ ਅਪਲਾਈ ਕਰਨਾ ਉਹਦੇ ਵਿੱਚ ਦਿੱਕਤ ਆਉਂਦੀ ਹੈ। ਕੋਰਸ ਕੰਪਲੀਸ਼ਨ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਮੈਂ ਦੇਖਿਆ ਬੱਚੇ ਜਾਂਦੇ ਹੀ ਨਾ, ਪਾਰਟ ਟਾਈਮ ਜੋਬ ਹੀ ਮੇਨ ਫੋਕਸ ਹੁੰਦਾ, ਅਸੀਂ ਜਿੰਨਾ ਪੈਸਾ ਖਰਚ ਕੀਤਾ ਉਹ ਰਿਕਵਰ ਕਰਨਾ। ਮੈਂ ਉੱਧਰ ਹੀ ਆ ਰਿਹਾ ਸੀ ਕਿ ਲੋਨ ਲਿਆ ਜਾਂ ਵਿਆਜੂ ਪੈਸਾ ਚੱਕ ਕੇ ਜਾਂ ਘਰਦਿਆਂ ਦਾ ਪੈਸਾ ਮੋੜਨਾ ਪੈ ਗਿਆ, ਰਿਸ਼ਤੇਦਾਰ ਦਾ ਪੈਸਾ ਮੋੜਨਾ ਪੈ ਗਿਆ, ਸਾਰਾ ਦਿਨ ਕੰਮ ਕਰਨਾ, ਇਹ ਵੀ ਨੈਗੇਟਿਵ ਆਸਪੈਕਟ ਬਣਦਾ। ਇਹੀ ਹੈ ਬੇਸਿਕਲੀ, ਅਗਰ ਤੁਸੀਂ ਸਟੂਡੈਂਟ ਵੀਜ਼ਾ 'ਤੇ ਜਾ ਰਹੇ ਹੋ ਤਾਂ ਤੁਹਾਡਾ ਫੋਕਸ ਸਟੱਡੀ ਕੰਪਲੀਟ ਕਰਨਾ ਹੀ ਹੋਣਾ ਚਾਹੀਦਾ, ਕਿਉਂਕਿ ਸਟੱਡੀ ਕੰਪਲੀਟ ਨਹੀਂ ਕਰੋਗੇ ਤਾਂ ਤੁਸੀਂ ਅੱਗੇ ਅੱਗੇ ਵਧੋਗੇ ਹੀ ਨਹੀਂ। ਜਦ ਤੱਕ ਸਟੱਡੀ ਕੰਪਲੀਟ ਨਹੀਂ ਕਰੋਗੇ ਤੁਹਾਨੂੰ ਵਰਕ ਵੀਜ਼ਾ ਨਹੀਂ ਮਿਲੇਗਾ, ਅਗਰ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਮਿਲੇਗਾ ਤਾਂ ਤੁਹਾਨੂੰ ਅੱਗੇ ਜੋਬ ਹੀ ਨਹੀਂ ਕਰ ਸਕਦੇ, ਅਗਰ ਜੋਬ ਨਹੀਂ ਕਰੋਗੇ ਤਾਂ ਤੁਹਾਡਾ ਪੀ ਆਰ ਨਹੀਂ ਹੋਏਗਾ, ਇਹ ਸਾਰਾ ਇੰਟਰ ਰਿਲੇਟਡ ਹੈ। ਤਾਂ ਫਸਟ ਸਟੈਪ ਜਿਹੜਾ ਰਾਈਟ ਕੋਰਸ ਤੁਸੀਂ ਚੂਜ਼ ਕਰਨਾ, ਸੈਕੰਡ ਸਟੈਪ ਆ ਕੋਰਸ ਕੰਪਲੀਟ ਕਰਨਾ ਉੱਥੇ, ਉਹ ਇੰਪੋਰਟੈਂਟ ਹੋਣਾ ਚਾਹੀਦਾ। ਪਾਰਟ ਟਾਈਮ ਜੋਬ ਵਾਸਤੇ ਕੋਈ ਮਨਾ ਨਹੀਂ ਹੈ, ਲੀਗਲੀ ਗਵਰਨਮੈਂਟ ਜਦ ਅਲਾਊ ਕਰ ਰਹੀ ਹੈ ਨਿਊਜ਼ੀਲੈਂਡ ਗਵਰਨਮੈਂਟ ਤੁਹਾਨੂੰ 20 ਆਵਰਸ ਵੀਕ ਕਰਨ ਦੀ, ਤਾਂ ਫਿਰ ਉਹਦੇ 'ਚ ਕੀ ਪ੍ਰੋਬਲਮ ਆ, ਤੁਸੀਂ ਉਨਾ ਹੀ ਕੰਮ ਕਰੋ, ਬਾਕੀ ਟਾਈਮ ਪੜ੍ਹਾਈ 'ਤੇ ਧਿਆਨ। ਦੋ ਤਿੰਨ ਸਵਾਲ ਭਾਵੇਂ ਤੁਹਾਡੇ ਨਹੀਂ ਹੈ ਪਰ ਮੈਂ ਇਸ ਕਰਕੇ ਪੁੱਛ ਰਿਹਾ ਕਿ ਬੱਚਿਆਂ ਨੂੰ ਘੱਟੋ ਘੱਟ ਅਵੇਅਰਨੈਸ ਹੋਣੀ ਚਾਹੀਦੀ ਹੈ, ਜਦੋਂ ਬੱਚਾ ਪਹੁੰਚ ਜਾਂਦਾ ਹੈ ਜੋਬ ਸ਼ੁਰੂ ਕਰਦਾ, ਆਪਣੇ ਰਿਲੇਟਡ ਫੀਲਡ 'ਚ ਜੋਬ ਲੱਭ ਲੈਣੀ ਚਾਹੀਦੀ ਹੈ, ਔਰ ਜੋਬ ਵੀ ਕਰ ਲੈਣੀ ਚਾਹੀਦੀ ਹੈ। ਇਨੀਸ਼ੀਅਲੀ ਮੈਂ ਇਹ ਕਹਾਂਗਾ ਕਿ ਤੁਹਾਨੂੰ ਪਾਰਟ ਟਾਈਮ ਜੋਬ ਔਰ ਜੋਬ ਵੀ ਤੁਸੀਂ ਕਰ ਸਕਦੇ ਹੋ ਇਨੀਸ਼ੀਅਲੀ, ਤਾਂ ਕਿ ਤੁਸੀਂ ਬਿਜ਼ੀ ਰਹੋ, ਇੱਕ ਅਲੱਗ ਐਕਸਪੀਰੀਅੰਸ ਇੱਕ ਮਿਲੇ, ਬਟ ਕੋਸ਼ਿਸ਼ ਕਰੋ ਅਗਰ ਤੁਹਾਨੂੰ ਰਿਲੇਵੈਂਟ ਮਿਲ ਜਾਂਦੀ ਹੈ ਉਸ ਤੋਂ ਅੱਛਾ ਤਾਂ ਕੁਛ ਵੀ ਨਹੀਂ ਹੈ, ਅਗਰ ਤੁਹਾਨੂੰ ਰਿਲੇਵੈਂਟ ਮਿਲ ਜਾਂਦੀ ਹੈ ਉਸ ਤੋਂ ਅੱਛਾ ਤਾਂ ਕੁਛ ਵੀ ਨਹੀਂ ਹੈ, ਉਹੀ ਅੱਗੇ ਤੁਹਾਨੂੰ ਫਾਇਦਾ ਹੋ ਸਕਦਾ ਜਦੋਂ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਹੈ, ਉੱਥੇ ਉਹਨੂੰ ਯੂਜ਼ ਕਰ ਸਕਦੇ ਹੋ ਔਰ ਆਪਣੀ ਫੁੱਲ ਟਾਈਮ ਵਰਕ ਪਰਮਿਟ ਕਰ ਸਕਦੇ ਹੋ। ਜੀ ਬਿਲਕੁਲ ਠੀਕ ਹੈ। ਇੱਕ ਸਵਾਲ ਭਾਵੇਂ ਤੁਹਾਡਾ ਨਹੀਂ, ਮੈਂ ਫਿਰ ਕਹਿ ਰਿਹਾ ਪੀ ਆਰ ਦਾ, ਕੋਈ ਪੀ ਆਰ 'ਚ ਐਸੀ ਚੇਂਜਸ ਤਾਂ ਨਹੀਂ ਆਈਆਂ ਕਿ ਬੱਚੇ ਨੂੰ ਜਾ ਕੇ ਮੁੜ ਕੇ ਪਛਤਾਉਣਾ ਪਵੇ ਨਿਊਜ਼ੀਲੈਂਡ ਦੇ ਵਿੱਚ ਕਿ ਜੀ ਮੈਂ ਤਾਂ ਪਹੁੰਚ ਗਿਆ ਔਰ ਮੇਰੀ ਪੀ ਆਰ ਨਹੀਂ ਹੋਏਗੀ? ਨਹੀਂ, ਐਸ ਤਾਂ ਕੋਈ ਅਜੇ ਕੋਈ ਰੈਗੂਲੇਸ਼ਨ ਚੇਂਜ ਨਹੀਂ ਆ, ਨਾ ਹੀ ਪਾਲਿਸੀ ਚੇਂਜ ਆ ਜਿਹਦੇ ਵਿੱਚ ਕਿ ਪੀ ਆਰ ਨਹੀਂ ਦੇਣਾ ਕੋਈ ਕਹਿ ਰਿਹਾ, ਜਾਂ ਬੇਸਿਕਲੀ ਉਹੀ ਪਾਥਵੇ ਹੀ ਆ, ਇੱਕ ਪਾਥਵੇ ਤੁਸੀਂ ਇੱਕ ਸਟੈਪ ਬਾਈ ਸਟੈਪ ਫੋਲੋ ਕਰੋਗੇ ਤਾਂ ਅੱਗੇ ਤੁਹਾਡਾ ਫਿਊਚਰ ਸਿਕਿਓਰ ਆ। ਅਸੀਂ ਕੋਈ ਇਹ ਨਹੀਂ ਕਹਿ ਰਹੇ ਕਿ ਤੁਹਾਨੂੰ ਜਾਂਦੇ ਪੀ ਆਰ ਮਿਲ ਜਾਏਗਾ, ਜੋ ਵੀ ਇਹ ਕਮਿਟਮੈਂਟ ਦੇ ਰਿਹਾ ਕਿ ਤੁਹਾਨੂੰ ਜਾਂਦੇ ਹੀ ਪੀ ਆਰ ਮਿਲ ਜਾਏ ਉਹ ਗਲਤ ਦੇ ਰਿਹਾ। ਤੁਸੀਂ ਸਟੈਪ ਬਾਈ ਸਟੈਪ ਚੱਲੋਗੇ, ਆਪਣੇ ਮੁਕਾਮ ਕਲੀਅਰ ਕਰੋਗੇ, ਅੱਗੇ ਅੱਗੇ ਤੁਹਾਡਾ ਫਿਊਚਰ ਉੱਥੇ ਬਣਦਾ ਜਾਏ। ਤੁਸੀਂ ਰੋਜ਼ ਫਾਈਲਾਂ ਪਾਉਂਦੇ ਹੋ, ਕਿਹੜੀਆਂ ਕਿਹੜੀਆਂ ਫਾਈਲਸ ਦੀ ਇੰਟਰਵਿਊਜ਼ ਇਸ ਵਕਤ ਹੋ ਰਹੀ ਹੈ? ਸਾਰੀ ਆਲਮੋਸਟ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਹੜੀ
ਪ੍ਰੋਫਾਈਲ ਤੇ, ਲੇਕਿਨ ਸਾਡਾ ਇਹ ਮੋਟਿਵ ਮਿਡਵੇ ਚ ਇਹ ਰਹਿੰਦਾ ਕਿ ਜਿਹੜੇ ਬੱਚੇ ਦੀ ਫਾਈਲ ਆਈ ਆ ਉਹ ਇੰਟਰਵਿਊ ਵਾਸਤੇ ਜਦ ਤੱਕ ਰੈਡੀ ਨਹੀਂ ਹੋਏਗਾ ਜੀ, ਉਸ ਤੇ ਫਾਈਲ ਅੱਗੇ ਮੂਵ ਕਰਨੀ ਨਹੀਂ ਹੈ। ਇਹਨਾਂ ਦਿਨਾਂ ਦੇ ਵਿੱਚ ਕਿੰਨਾ ਟਾਈਮ ਦਾ ਪ੍ਰੋਸੈਸ ਚੱਲ ਰਿਹਾ, ਬੱਚਾ ਤੁਹਾਡੇ ਕੋਲ ਆਇਆ ਏ ਆਈ ਪੀ ਆਉਣ ਤੋਂ ਲੈ ਕੇ ਵੀਜ਼ਾ ਲੈਣ ਤੱਕ ਕਿੰਨਾ ਸਮਾਂ ਲੱਗਦਾ? ਕਾਫੀ ਟਾਈਮ, ਜਦੋਂ ਬੱਚਾ ਸਾਨੂੰ ਫਾਈਲ ਦਿੰਦਾ ਅਸੀਂ ਕਹਿੰਦੇ ਕਰੀਬ 3 to 4 weeks ਤੋਂ ਲੱਗਣਾ ਹੀ ਚਾਹੀਦਾ। ਹਾਈ ਕਮਿਸ਼ਨ ਵੀ 3 to 4 weeks ਲਗਾ ਹੀ ਰਹੀ ਹੈ ਇਸ ਟਾਈਮ, ਤਾਂ ਕਮ ਸੇ ਕਮ ਤੁਸੀਂ 3 to 4 ਹਫ਼ਤੇ ਲਗਾ ਕੇ ਹੀ ਚੱਲੋ ਨਿਊਜ਼ੀਲੈਂਡ ਸਟੂਡੈਂਟ ਵੀਜ਼ਾ ਵਾਸਤੇ। ਜੀ, 2 ਮਿੰਟ ਲੈਣਾ ਚਾਹੂੰਗਾ ਜੀ, ਆਸਟ੍ਰੇਲੀਆ ਨੂੰ ਪ੍ਰਮੋਟ ਕਰ ਰਿਹਾ ਮਿਡਵੇ, ਕਿਵੇਂ ਦਾ ਰਿਸਪੌਂਸ ਜਾ ਰਿਹਾ ਸੀ? ਆਸਟ੍ਰੇਲੀਆ ਵੀ ਬਹੁਤ ਅੱਛਾ ਚੱਲ ਰਿਹਾ ਇਸ ਟਾਈਮ। ਮੈਂ ਇਹ ਕਹਾਂਗਾ ਕਿ ਅੱਛੇ ਦਾ ਮਤਲਬ ਇਹ ਨਹੀਂ ਹੈ ਕਿ ਬੇਕਾਰ ਪ੍ਰੋਫਾਈਲ ਜਿਹੜੀ ਹੈ, ਖਰਾਬ ਪ੍ਰੋਫਾਈਲ ਜਿਹੜੀ ਹੈ ਔਰ ਜਿਹੜੀ ਪ੍ਰਾਈਵੇਟ ਕਾਲਜ 'ਤੇ ਜਾ ਰਹੀ ਉਹਦਾ ਵੀਜ਼ਾ ਹੋ ਜਾਏਗਾ। ਅੱਛੀ ਪ੍ਰੋਫਾਈਲਸ, 12th ਪਾਸ ਬੱਚਾ, 65% ਮਾਰਕਸ ਹੋ, 60 ਤੋਂ ਉੱਪਰ ਹੋ, ਯੂ ਨੋ 6 ਬੈਂਡ ਆਇਲਸ ਹੋ, ਜਾਂ ਗ੍ਰੈਜੂਏਟ ਬੱਚਾ 55% ਤੋਂ ਉੱਪਰ ਹੋ, 6 ਬੈਂਡ ਆਇਲਸ ਹੋ, 6.5, ਅੱਛੇ ਇੰਸਟੀਟਿਊਸ਼ਨ 'ਤੇ ਜਾ ਰਿਹਾ, ਇੰਪੋਰਟੈਂਟ ਚੀਜ਼ ਅੱਛੇ ਇੰਸਟੀਟਿਊਸ਼ਨ 'ਤੇ ਜਾ ਰਿਹਾ, ਯੂਨੀਵਰਸਿਟੀਜ਼ 'ਤੇ ਜਾ ਰਿਹਾ ਜਾਂ ਗਵਰਨਮੈਂਟ ਇੰਸਟੀਟਿਊਸ਼ਨ 'ਤੇ ਜਾ ਰਿਹਾ, ਉਹਦਾ ਵੀਜ਼ਾ ਦੀ ਕੋਈ ਦਿੱਕਤ ਨਹੀਂ ਆ ਰਹੀ। ਫੰਡ ਦੀ ਰਿਕੁਆਇਰਮੈਂਟ ਵੀ ਥੋੜ੍ਹੀ ਸਿੰਪਲ ਆ ਨਿਊਜ਼ੀਲੈਂਡ ਤੋਂ, ਤਾਂ ਆਸਟ੍ਰੇਲੀਆ ਅਗਰ ਕਿਸੇ ਨੇ ਅਪਲਾਈ ਕਰਨਾ ਤਾਂ ਸਾਨੂੰ ਅਪਰੋਚ ਕਰੋ, ਸਾਡੇ ਕੋਲ ਯੂਨੀਵਰਸਿਟੀਜ਼ ਵੀ ਹੈਗੀ ਹੈ, ਗਵਰਨਮੈਂਟ ਇੰਸਟੀਟਿਊਸ਼ਨ ਵੀ ਹੈ, ਪ੍ਰਾਈਵੇਟ ਕਾਲਜਸ ਵੀ ਹੈ, ਬਟ ਇੱਕ ਚੀਜ਼ ਦਾ ਧਿਆਨ ਰੱਖੋ, ਪ੍ਰੋਫਾਈਲ ਅੱਛੀ ਹੋਣੀ ਚਾਹੀਦੀ ਹੈ ਔਰ ਫੰਡਸ ਜੈਨੂਇਨਲੀ ਅਵੇਲੇਬਲ ਹੋਣੇ ਚਾਹੀਦੇ ਆ। ਵਰਕ ਐਕਸਪੀਰੀਅੰਸ ਜੇ ਤੁਸੀਂ ਸ਼ੋਅ ਕਰ ਰਹੇ ਹੋ ਤਾਂ ਵਰਕ ਐਕਸਪੀਰੀਅੰਸ ਦੇ ਪ੍ਰੋਪਰ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ, ਸਿਮਿਲਰ ਟੂ ਨਿਊਜ਼ੀਲੈਂਡ। ਫਰਕ ਕੀ ਦੇਖਦੇ ਹੋ ਤੁਸੀਂ? ਆਸਟ੍ਰੇਲੀਆ ਵੀ ਕਰਦੇ ਹੋ, ਤੁਸੀਂ ਨਿਊਜ਼ੀਲੈਂਡ ਵੀ ਕਰਦੇ ਹੋ, ਦੋਵੇਂ ਦੇਸ਼ਾਂ ਦੇ ਵਿੱਚ ਦੋਵੇਂ ਪ੍ਰੋਫਾਈਲ ਦੇ ਵਿੱਚ ਦੋਵੇਂ ਵੀਜ਼ਾ ਸਕਸੈਸ ਰਹੇ ਇਸ ਟਾਈਮ? ਰਣਬੀਰ ਜੀ, ਜਿਹੜਾ ਆਸਟ੍ਰੇਲੀਆ ਦੀ ਪ੍ਰੋਸੈਸਿੰਗ ਔਰ ਨਿਊਜ਼ੀਲੈਂਡ ਦੀ ਆਲਮੋਸਟ ਸੇਮ ਹੋ ਗਈ ਹੈ, ਆਲਮੋਸਟ ਸੇਮ ਹੋ ਗਿਆ, ਕੈਨੇਡਾ ਦੀ ਡਿਫਰੈਂਟ ਆ ਬਟ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੀ ਆਲਮੋਸਟ ਸੇਮ ਹੋ ਗਿਆ। ਜਿਹੜਾ ਬੰਦਾ, ਜਿਹੜਾ ਕੰਸਲਟੈਂਟ ਆਸਟ੍ਰੇਲੀਆ ਸਪੈਸ਼ਲਾਈਜ਼ ਕਰਦਾ ਸੀ ਉਹ ਨਿਊਜ਼ੀਲੈਂਡ, ਮੈਨੂੰ ਲੱਗਦਾ ਹੈ ਉਹ ਉਹਦੇ ਵਿੱਚ ਸਕਸੈਸਫੁਲ ਹੋਏਗਾ, ਕਿਉਂਕਿ ਆਲਮੋਸਟ ਸੇਮ ਟਾਈਪ ਦੀ ਪ੍ਰੋਸੈਸਿੰਗ ਹੋਊਗੀ ਹੈ ਦੋਨਾਂ ਦੀ, ਦੋਨਾਂ ਦੀ ਫੰਡ ਰਿਕੁਆਇਰਮੈਂਟ ਸੇਮ ਦੇਖਦੇ ਹੋ। ਫੰਡ ਰਿਕੁਆਇਰਮੈਂਟ ਆਲਮੋਸਟ ਸੇਮ ਆ, ਨਿਊਜ਼ੀਲੈਂਡ ਅਗਰ 6 ਮੰਥਸ ਮੰਗਦਾ ਹੈ ਤਾਂ ਆਸਟ੍ਰੇਲੀਆ ਕਹਿੰਦਾ 3 ਮੰਥਸ, ਬਟ ਆਲਮੋਸਟ ਸੇਮ ਹੀ ਹੈ, ਪ੍ਰੋਫਾਈਲਸ ਆਲਮੋਸਟ ਸੇਮ ਆ। ਇੱਕ ਨਿਊਜ਼ੀਲੈਂਡ ਤੋਂ ਥੋੜ੍ਹਾ ਜਿਹਾ ਨੀਚੇ ਹੈ ਕਿ ਅਕੈਡਮਿਕ ਡਾਕੂਮੈਂਟ ਪ੍ਰੋਬਲੀ, ਅਗਰ ਜਿਵੇਂ ਫੋਰ ਐਗਜ਼ਾਮਪਲ ਆਸਟ੍ਰੇਲੀਆ, ਪੰਜਾਬ ਮਾਰਕੀਟ ਅਸੀਂ ਆਪਣੀ ਮਾਰਕੀਟ ਦੇਖਦੇ ਹਾਂ, 60% ਤੋਂ ਉੱਪਰ ਤੋਂ ਹੀ ਬੱਚਾ ਲੈਂਦਾ ਆਸਟ੍ਰੇਲੀਆ, ਨਿਊਜ਼ੀਲੈਂਡ ਪੰਜਾਬ 'ਤੇ ਵੀ ਚੁੱਕ ਲੈਂਦਾ, ਇੱਕ ਡਿਫਰੈਂਸ ਤੁਸੀਂ ਮੇਜਰ ਦੇਖ ਸਕਦੇ ਹੋ। ਉਹਦੇ ਇਲਾਵਾ ਮੈਨੂੰ ਲੱਗਦਾ ਸਾਰੀ ਚੀਜ਼ਾਂ ਹੀ ਸੇਮ, ਜੇ ਪਰਸੈਂਟੇਜ ਲੋ ਹੈ ਤਾਂ ਤੁਸੀਂ ਨਿਊਜ਼ੀਲੈਂਡ ਨਿਊਜ਼ੀਲੈਂਡ ਵੱਲ ਥੋੜ੍ਹਾ ਕਰ ਸਕਦੇ ਹੋ, 50% ਦੇ ਆਸ ਪਾਸ ਆ। ਅਗਰ 60 ਤੋਂ ਉੱਪਰ ਆ ਔਰ 6 ਬੈਂਡ ਹੈ ਤਾਂ ਤੁਸੀਂ ਆਸਟ੍ਰੇਲੀਆ ਵੱਲ ਦੇਖ ਸਕਦੇ ਹੋ। ਤਿੰਨੇ ਦੇਸ਼ਾਂ ਦੇ ਵਿੱਚੋਂ ਕੈਨੇਡਾ ਨੂੰ ਕਿਵੇਂ ਦੇਖਦੇ ਹੋ? ਕੈਨੇਡਾ ਬਹੁਤ ਅੱਛਾ ਡੈਸਟੀਨੇਸ਼ਨ ਆ ਔਰ ਸਾਡੇ ਇਸ ਮਾਰਕੀਟ ਵਾਸਤੇ ਤਾਂ ਨੰਬਰ 1 ਡੈਸਟੀਨੇਸ਼ਨ ਆ ਕੈਨੇਡਾ ਦਾ, ਬਟ ਧਿਆਨ ਉਹੀ ਵਾਰ ਵਾਰ ਅਸੀਂ ਦੇਖਦੇ ਹਾਂ ਕਿ ਜਿਵੇਂ ਤੁਸੀਂ ਵੀ ਕਿਹਾ ਰਣਵੀਰ ਜੀ ਕਿ ਮੇਨ ਡਿਕਲਾਈਨ ਦਾ ਜਿਹੜਾ ਰੀਜ਼ਨ ਆ ਉਹ ਹੈ ਕਿ ਰਿਲੇਵੈਂਟ ਕੋਰਸ ਨਹੀਂ ਮਿਲਦਾ ਔਰ ਪਰਸੈਂਟੇਜ ਨਹੀਂ ਹੁੰਦੀ। ਅਗਰ ਕੋਰਸ ਤਾਂ ਮਿਲਦਾ, ਕੋਰਸ ਦੀ ਮੇਰੇ ਕੋਲ ਜਾਣਕਾਰੀ ਨਹੀਂ ਹੈ ਪੰਜਾਬ ਦੇ ਵਿੱਚ, ਜਾਣਕਾਰੀ ਨਹੀਂ ਹੈ, ਜਾਣ ਕੇ ਜਿਹੜੇ ਕੋਰਸਿਸ ਜਿਹੜੇ ਕਾਲਜ ਅਵੇਲੇਬਲ ਹੈ ਉਹਦੇ ਵਿੱਚ ਏਜੰਟ ਭੇਜ ਦਿੰਦਾ, ਬੇਸਿਕਲੀ ਪ੍ਰੋਬਲਮ ਇਹ ਹੈ ਕਿ ਕੈਨੇਡਾ ਦੇ ਜਿਵੇਂ ਨਿਊਜ਼ੀਲੈਂਡ ਹੁਣ ਹੋ ਗਿਆ, ਕੈਨੇਡਾ ਦੇ ਵੀ ਇਹੀ ਹਾਲ ਹੈ, ਕੈਨੇਡਾ ਦੇ ਜਿਹੜੇ ਅੱਛੇ ਇੰਸਟੀਟਿਊਸ਼ਨ ਯੂਨੀਵਰਸਿਟੀਜ਼ ਦਾ ਉਹਦਾ ਕੰਟਰੈਕਟ ਨਹੀਂ ਹੈ ਮਾਰਕੀਟ 'ਤੇ, ਤਾਂ ਜਿਹਦੇ ਕੋਲ ਜੋ ਹੈਗਾ ਉਹ ਵੇਚਣ ਵੀ ਕਰਦਾ, ਉਹਦੇ ਵਿੱਚ ਕੀ ਹੈ ਕਿ ਜਿਹੜੇ ਪ੍ਰੋਫਾਈਲ ਅੱਛੇ ਵੀ ਹੁੰਦੇ ਉਹ ਵੀ ਖਰਾਬ ਹੋ ਜਾਂਦੇ ਨੇ, ਕਿਉਂਕਿ ਉਹਦੇ ਵਿੱਚ ਫੰਡ ਦਾ ਤਾਂ ਕੋਈ ਸਿਨਾਰੀਓ ਕੈਨੇਡਾ ਵਿੱਚ ਹੈ ਨਹੀਂ, ਫੰਡ ਦਾ ਆਫਰੈਂਟ ਚਲਾ ਜਾਂਦਾ। ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਕਿ ਰਾਈਟ ਕੋਰਸ ਆ ਔਰ ਜਿਹੜੇ ਪਰਸੈਂਟੇਜ ਉਹਦੀ ਆ, ਪਰਸੈਂਟੇਜ 10th 12th 'ਚ ਆ ਉਹ ਗ੍ਰੈਜੂਏਸ਼ਨ ਦੇ ਆ, ਉਹ ਵਾਕਈ ਕੈਨੇਡਾ ਦਾ ਸੂਟ ਕਰਦੀ ਹੈ ਨਹੀਂ ਕਰਦੀ, ਉਹ ਇੰਪੋਰਟੈਂਟ ਚੀਜ਼ ਹੈ ਕੈਨੇਡਾ ਦੀ। ਠੀਕ ਜੀ, ਸਟੂਡੀਓ ਦੇ ਵਿੱਚ ਤੁਹਾਨੂੰ ਥੈਂਕ ਯੂ ਰਣਵੀਰ। ਦਰਸ਼ਕਾਂ ਦਾ ਵੀ ਸ਼ੁਕਰੀਆ, ਕੱਲ ਰਿਪੀਟ ਟੈਲੀਕਾਸਟ ਦੇ ਵਿੱਚ ਮਿਲਾਂਗੇ ਤਾਂ ਤੱਕ ਆਪਣੇ ਦੋਸਤ ਰਣਵੀਰ ਸੰਧੂ ਨਾਲ ਕਰਦੇ ਹੋ। And I have completed my bachelor degree in medical stream and I have also 4-year work experience. Actually, I was wanted to go overseas for this purpose. I contacted many agents nearby my city or here in the Jalandhar. But Mr. Jagjit Singh, I came to know about them on the TV program. And then I visited their office and met coordinator ma'am, Aman ma'am. And she made my profile and guided me very well and make me aware about the different guidelines for applying for the study visa. And now I have got my study visa just in the 6 days. And I also recommend those students who want to go abroad for the study, they should must once at least come here to meet the ma'am or meet the Jagjit sir to get their visa. All the best. ਸਤਿ ਸ਼੍ਰੀ ਅਕਾਲ, ਮੈਂ ਜਸਕਰਨ ਸਿੰਘ ਫਗਵਾੜਾ ਦਾ ਰਹਿਣ ਵਾਲਾ ਹਾਂ। ਮੈਂ ਆਪਣੀ ਪਲੱਸ ਟੂ 2015 ਵਿੱਚ ਪਾਸ ਆਊਟ ਕੀਤੀ, ਦੈਨ ਉਸ ਤੋਂ ਬਾਅਦ ਇੱਕ ਦਿਨ ਮੈਂ ਜਗਜੀਤ ਸਰ ਦਾ ਟੀਵੀ 'ਤੇ ਸ਼ੋਅ ਦੇਖਿਆ ਅਤੇ ਮੈਂ ਸ਼ੋਅ ਤੋਂ ਬਹੁਤ ਇੰਸਪਾਇਰ ਹੋਇਆ। ਦੈਨ ਉਸ ਤੋਂ ਬਾਅਦ ਮੈਂ ਜਲੰਧਰ ਦੇ ਵਿੱਚ ਵਿਜ਼ਿਟ ਕੀਤਾ ਜਗਜੀਤ ਸਰ ਦੇ ਆਫਿਸ ਦੇ ਵਿੱਚ, ਐਂਡ ਮੈਨੂੰ ਇੱਥੇ ਅਮਨ ਮੈਮ ਨੇ ਬਹੁਤ ਵਧੀਆ ਡੀਲ ਕੀਤਾ, ਮੈਨੂੰ ਮੇਰੇ ਪ੍ਰੋਫਾਈਲ ਦੇ ਹਿਸਾਬ ਨਾਲ ਬਹੁਤ ਅੱਛੇ ਕੋਰਸਿਸ ਦਿੱਤੇ ਐਂ ਸੁਜੈਸਟ ਕੀਤਾ ਮੈਨੂੰ, ਐਂਡ ਦੈਨ ਉਸ ਤੋਂ ਬਾਅਦ 'ਚ ਮੇਰੀ ਬਹੁਤ ਅੱਛੀ ਪ੍ਰੋਫਾਈਲ ਤਿਆਰ ਕਰਵਾਈ ਗਈ ਅਤੇ ਕੁਛ ਹੀ ਦਿਨਾਂ ਵਿੱਚ ਮੇਰਾ ਵੀਜ਼ਾ ਆ ਗਿਆ। ਤੁਸੀਂ ਦੇਖ ਸਕਦੇ ਹੋ ਨਿਊਜ਼ੀਲੈਂਡ ਦਾ ਵੀਜ਼ਾ ਮੈਨੂੰ ਮਿਡਵੇ ਥਰੂ ਮਿਲਿਆ ਹੈ, ਅਤੇ ਜੇ ਤੁਸੀਂ ਵੀ ਕਿਤੇ ਵੀ ਜਾਣਾ ਚਾਹੁੰਦੇ ਹੋ, ਨਿਊਜ਼ੀਲੈਂਡ, ਕੈਨੇਡਾ, ਅਮੈਰੀਕਾ, ਜਿੱਥੇ ਵੀ ਜਾਣਾ ਚਾਹੁੰਦੇ, ਇੱਕ ਵਾਰ ਮਿਡਵੇ ਐਜੂਕੇਸ਼ਨ ਕੋਲ ਆ ਕੇ ਜ਼ਰੂਰ ਮਿਲੋ। ਥੈਂਕ ਯੂ। ਆਈ ਐਮ ਸਿਮਰਜੀਤ ਸਿੰਘ ਫਰੋਮ ਲੁਧਿਆਣਾ। ਆਈ ਹੈਵ ਡਨ ਮਾਈ ਪਲੱਸ ਟੂ ਫਰੋਮ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਐਂਡ ਆਈ ਹੈਵ ਗੋਟ 6 ਬੈਂਡਸ ਇਨ ਪੀ ਟੀ ਐਂਡ ਨਾਓ ਵੀ ਮੈਂ ਆਪਣੀ ਫਾਈਲ ਲਾਂਚ ਕਰਨ ਤੋਂ ਪਹਿਲਾਂ ਕਈ
ਕੰਸਲਟੈਂਟਸ ਤੋਂ ਐਡਵਾਈਸ ਲਈ, ਪਰ ਮੈਨੂੰ ਮੈਡਵੇ ਕੰਸਲਟੈਂਟਸ ਬਹੁਤ ਵਧੀਆ ਲੱਗਿਆ। ਇਹਨਾਂ ਨੇ ਮੇਰੀ ਫਾਈਲਿੰਗ ਵਿੱਚ ਬਹੁਤ ਹੈਲਪ ਕੀਤੀ, ਫਾਈਲ ਲਾਂਚ ਹੋਣ ਤੋਂ ਪਹਿਲਾਂ ਅਤੇ ਵੀਜ਼ੇ ਤੱਕ ਹਰ ਇੱਕ ਸਟੈਪ ਬਹੁਤ ਸਮੂਥਲੀ ਸਮਝਾਇਆ। ਨਾਓ ਆਈ ਹੈਵ ਗੋਟ ਮਾਈ ਸਟੱਡੀ ਵੀਜ਼ਾ ਇਨ ਜਸਟ 1 month ਵਿਦਆਊਟ ਐਨ ਇੰਟਰਵਿਊ। ਆਈ ਐਮ ਵੈਲ ਥੈਂਕਫੁਲ ਟੂ ਮੈਡਵੇ ਕੰਸਲਟੈਂਟਸ। ਥੈਂਕ ਯੂ। Hello friends, my name is Ranjit Kaur. I want to thank Medway Education Consultant Amritsar branch because they helped me to get study visa of New Zealand. The whole team of Medway Education Consultant Amritsar branch is very cooperative because they guided me about the college and the course. Also, they helped me to guide how to arrange funds for my study, and I want to suggest the viewers and my friends also that if they want to go abroad, kindly consult Medway Educational Consultant Amritsar branch. Thank you once again Medway Educational Consultant because they fulfill my dream. Shrikal ji, my name is Jasmeet Paul Singh. I belong to Sharpur. After completing my graduation in 2015, I applied for Canada visa but I got refusal. After that I completed my PG diploma in 2016. Then I come to know about Medway Educational Consultants, which is a New Zealand recognized company. I visited their Jalandhar office and met Sakshi ma'am. She guided me well in my documentation for my file. I lodged my file in embassy and within 1 week I got approval of my visa. I am very thankful to Sakshi ma'am and Jagdish sir. Thanks a lot.